ਜੋੜਾ ਫਾਟਕ ਰੇਲ ਹਾਦਸੇ ਤੋਂ ਰੇਲ ਰਾਜ ਮੰਤਰੀ ਅਤੇ ਰੇਲਵੇ ਬੋਰਡ ਦੇ ਚੇਅਰਮੈਨ ਵੱਲੋਂ ਜ਼ਿੰਮੇਦਾਰੀ ਤੋਂ ਪੱਲਾ ਚਾੜ ਲੈਣਾ ਕਈ ਸਵਾਲ ਖੜੇ ਕਰਦਾ ਹੈ ਅਤੇ DMU ਦੇ ਡਰਾਈਵਰ ਦਾ ਬਿਆਨ ਵੀ ਹਜ਼ਮ ਹੋਣ ਵਾਲਾ ਨਹੀਂ ਹੈ। ਇਹ ਵਿਚਾਰ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਸਾਂਸਦ ਸੁਨੀਲ ਜਾਖੜ ਨੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਨਿਵਾਸ ਸਥਾਨ ਵਿਖੇ ਆਯੋਜਿਤ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਰੂਬਰੂ ਹੁੰਦਿਆਂ ਹੋਇਆਂ ਸਾਂਝੇ ਕੀਤੇ। ਉਹਨਾਂ ਕਿਹਾ ਕਿ ਅਮੂਮਨ 30 ਕਿਲੋਮੀਟਰ ਤੋਂ ਉੱਤੇ DMU ਰਿਹਾਇਸ਼ੀ ਇਲਾਕਿਆਂ ਤੋਂ ਨਹੀਂ ਗੁਜ਼ਰਦੀ, ਪਰ 100 ਕਿਲੋਮੀਟਰ ਦੀ ਰਫ਼ਤਾਰ ਨਾਲ ਰੇਲ ਗੱਡੀ ਚਲਾਉਣ ਵਾਲੇ ਰੇਲ ਡਰਾਈਵਰ ਨੂੰ ਕਲੀਨ ਚਿੱਟ ਕਿਉਂ ਦਿੱਤੀ ਗਈ? ਉਹਨਾਂ ਕਿਹਾ ਕਿ ਇਸ ਹਾਦਸੇ ਦੀ ਜਾਂਚ ਕਮਿਸ਼ਨ ਆਫ ਰੇਲਵੇ ਸੇਫਟੀ ਤੋਂ ਕਰਵਾਈ ਜਾਵੇ ਅਤੇ ਰੇਲਵੇ ਨੂੰ ਇਨਫਰਾਸਟ੍ਰਕਚਰ ਅਤੇ ਸੇਫਟੀ ਵਧਾਉਣੀ ਚਾਹੀਦੀ ਹੈ। ਸਾਂਸਦ ਸੁਨੀਲ ਜਾਖੜ ਨੇ ਕਿਹਾ ਕਿ ਵਿਰੋਧੀ ਧਿਰ ਨੂੰ ਸਿਆਸੀ ਰੋਟੀਆਂ ਨਹੀਂ ਸੇਕਣੀਆਂ ਚਾਹੀਦੀਆਂ। ਮੰਤਰੀ ਨਵਜੋਤ ਸਿੰਘ ਸਿੱਧੂ ਨੇ ਐਲਾਨ ਕੀਤਾ ਹੈ ਇਸ ਹਾਦਸੇ ਵਿੱਚ ਅਨਾਥ ਹੋਏ ਬੱਚਿਆਂ ਦੀ ਜ਼ਿੰਮੇਵਾਰੀ ਅੱਜ ਤੋਂ ਉਹਨਾਂ ਦੀ ਹੈ। ਬਹੁਤ ਬੜਾ ਹਾਦਸਾ ਅੰਮ੍ਰਿਤਸਰ ਸ਼ਹਿਰ ਮੇ ਦੁਸ਼ਹਿਰੇ ਕੇ ਉਸ ਦਿਨ ਜਬ ਹਮ ਕਹਤੇ ਹੈ ਕਿ ਬੁਰਾਈ ਕੇ ਉੱਪਰ ਅੱਛਾਈ ਕੀ, ਝੂਠ ਕੇ ਉੱਪਰ ਸੱਚ ਕੀ ਜੀਤ, ਕਿ ਉਸ ਦਿਨ ਪੇ ਬਹੁਤ ਦਰਦਨਾਕ ਹਾਦਸਾ ਹੁਆ ਔਰ ਮੈਂ ਸਮਝਤਾ ਹੂੰ ਸਭ ਕੇ ਦਿਲ ਉਸ ਦਿਨ ਰੋਂਦੇ ਗਏ, ਪਰਿਵਾਰ ਉਜੜ ਗਏ। ਉਨਕੀ ਜੋ ਕਸ਼ਤੀ ਹੋਈ ਉਸਕੋ ਸ਼ਬਦੋਂ ਮੇਂ ਕੋਈ ਵੀ ਵਰਣਨ ਨਹੀਂ ਕੀਆ ਜਾ ਸਕਤਾ ਔਰ ਹਮਾਰੀ ਸੰਤਾਵਨਾਏ ਮੈਂ ਸਮਝਤਾ ਹੂੰ ਨਾ ਸਿਰਫ ਪੂਰੇ ਪੰਜਾਬ ਕੀ ਪੂਰੇ ਦੇਸ਼ ਕੀ ਬਲਕਿ ਜਿਸ ਤਰ੍ਹਾਂ ਸੇ ਇਸ ਹਾਦਸੇ ਨੇ ਦੂਰ ਦਰਾਜ ਚਾਹੇ ਵੋ ਕੈਨੇਡਾ ਮੇਂ ਚਾਹੇ ਵੋ ਦੂਰ ਦਰਾਜ ਲੋਕੋਂ ਕੇ ਦਿਓ ਰਾਸ਼ਟਰ ਅਧਿਕਸ਼ ਤੇ ਉਹਨਾਂ ਨੇ ਵੀ ਆਪਣੀ ਸੰਵੇਦਨਾ ਪ੍ਰਗਟ ਕੀ ਹੈ। ਐਸੇ ਮੌਕੇ ਪੇ ਮੈਂ ਸਮਝਤਾ ਹੂੰ ਕੈਪਟਨ ਅਮਰਿੰਦਰ ਸਿੰਘ ਜੀ ਨੇ ਸਾਰੇ ਤੱਥਿਓਂ ਕੀ ਜਾਂਚ ਕੇ ਕਰਨੇ ਕੇ ਲੀਏ ਜੋ ਇਨਕੁਆਇਰੀ ਮਾਰਕ ਕੀ ਹੈ ਹਮ ਸਭਕੋ ਉਸਕਾ ਇੰਤਜ਼ਾਰ ਕਰਨਾ ਚਾਹੀਏ। ਆਜ ਕਿਸੀ ਕੋ ਨਾ ਮੈਂ ਕਲੀਨ ਚਿੱਟ ਦੇਣੇ ਕੇ ਲੀਏ ਨਾ ਹੀ ਕਿਸੀ ਪੇ ਆਰੋਪ ਲਗਾਉਣੇ ਕੇ ਲੀਏ ਜਾਂ ਛੀਂਟਾਕਸ਼ੀ ਕਰਨੇ ਕੇ ਲੀਏ ਆਪਕੇ ਬੀਚ ਮੇਂ ਯਹਾਂ ਆਇਆ ਹੂੰ। ਕੁਛ ਸਵਾਲ ਹੈ ਜੋ ਆਜ ਉਨ ਪਰਿਵਾਰੋਂ ਕੋ ਔਰ ਅੰਮ੍ਰਿਤਸਰ ਕੇ ਲੋਕੋਂ ਕੋ ਦਿਲੋਂ ਕੋ ਆਜ ਉਨਮੇ ਇੱਕ ਵਿਆਥਾ ਹੈ ਉਸ ਵਿਆਥਾ ਕੋ ਲੈ ਕੇ ਕੁਛ ਲੋਕ ਰਾਜਨੀਤਿਕ ਰੋਟੀਆਂ ਵੀ ਸੇਕਣੇ ਕੀ ਕੋਸ਼ਿਸ਼ ਕਰ ਰਹੇ ਹੈ। ਉਨਕੀ ਵਿਆਥਾ ਮੈਂ ਸਮਝਤਾ ਹੂੰ ਪਰਿਵਾਰਾਂ ਨੂੰ ਅੱਜ ਹੀ ਪੈਸੇ ਦਿੱਤੇ ਜਾ ਰਹੇ ਹੈ। ਰੈਸਟ ਆਫ ਦਾ ਜੋ ਚੈੱਕਸ ਅਜੇ ਵੈਰੀਫਿਕੇਸ਼ਨ ਚੱਲ ਰਹੀ ਹੈ ਦੇ ਵਿਲ ਬੀ ਮੋਸਟ ਆਫ ਦੈਮ ਵਿਲ ਬੀ ਗਿਵਨ ਟੁਮਾਰੋ। ਜੇਕਰ ਕੋਈ ਫਿਰ ਵੀ ਬਚ ਗਿਆ ਬਾਕੀਆਂ ਨੂੰ ਉਹ ਜਿਹੜੇ ਪਰਿਵਾਰ ਹੈ ਜਿਹੜੇ ਕਿ ਬਿਲਕੁਲ ਹੀ ਬੱਚੇ ਹੈ ਆਈਦਰ ਉਹਨਾਂ ਦੇ ਕੋਈ ਰਿਲੇਟਿਵਸ ਵਗੈਰਾ ਸਾਂਭਦੇ ਹੈ ਉਹਨਾਂ ਦੇ ਟਿਲ ਦਾ ਟਾਈਮ ਦੇ ਰੀਚ ਇੰਪਲੋਏਬਲ ਏਜ ਉਹਨਾਂ ਦੀ ਪੜ੍ਹਾਈ ਦਾ ਖਰਚਾ ਔਰ ਸਮ ਸੋਰਟ ਆਫ ਅ ਰੈਗੂਲਰ ਇਨਕਮ ਉਹਦੇ ਵਾਸਤੇ ਵੀ ਅਸੀਂ ਪ੍ਰਯਾਸ ਕਰਾਂਗੇ। ਮੇਰੀ ਇੱਕ ਹੋਰ ਕੈਪਟਨ ਸਾਹਿਬ ਨੂੰ ਜਿਹੜੀ ਅੱਜ ਮੈਂ ਸਿੱਧੂ ਸਾਹਿਬ ਦੇ ਨਾਲ ਹੋਸਪਿਟਲ 'ਚ ਜਾ ਕੇ ਆਇਆ ਜਿਹੜੇ ਇੰਜਰਡ ਲੋਕ ਹੈ ਉਹਨਾਂ ਨੂੰ ਐਜ਼ ਅ ਸਟੈਂਡਰਡ ਸਾਰਿਆਂ ਨੂੰ 50,000 ਰੁਪਈਏ ਦੇ ਰਿਹਾ ਬਟ ਦੇ ਆਰ ਆ ਸਰਟਨ ਪੀਪਲ ਜਿਹਨਾਂ ਦੇ ਫ੍ਰੈਕਚਰ ਹੋ ਗਏ ਮਲਟੀਪਲ ਫ੍ਰੈਕਚਰ ਹੈ ਉਹ ਵਾਪਸ ਜਾ ਕੇ ਕੰਮ ਕਰਨ 'ਚ ਉਹਨਾਂ ਨੂੰ ਅਜੇ ਕਈ ਟਾਈਮ ਲੱਗ ਜੂਗਾ ਜਿਹਦੇ ਬਾਏ ਦਾ ਟਾਈਮ ਦੇ ਆਰ ਏਬਲ ਟੂ ਉਹਨਾਂ ਦਾ ਕੰਪਨਸੇਸ਼ਨ ਇੰਜਰਡ ਦਾ ਵੀ ਸੰਬਡੀ ਹੂ ਹੈ ਬਿਨ ਡਿਪਰਾਈਵਡ ਆਫ ਦਿਸ ਐਬਿਲਿਟੀ ਟੂ ਵਰਕ ਉਹਨਾਂ ਨੂੰ ਕੋਈ ਨਾ ਕੋਈ ਕੰਪਨਸ ਕੀਤਾ ਜਾਵੇ। ਔਰ ਮੇਰੀ ਧਰਮ ਪਤਨੀ ਅੱਜ ਬੈਠੇ ਥੇ ਜਿਤਨੇ ਵੀ ਬੱਚੇ ਅਨਾਥ ਹੋਏ ਹੈ ਇਸ ਇੰਸੀਡੈਂਟ ਮੇਂ ਜਿਤਨੇ ਵੀ ਪਰਿਵਾਰ ਹੈ ਉਹ ਮੇਰੇ ਪਰਿਵਾਰ ਹੈ ਮੈਂ ਉਹਨੇ ਅਡੋਪਟ ਕਰਤਾ ਹੂੰ। ਕਿਸੀ ਕੀ ਵੀ ਪੜ੍ਹਾਈ ਤਾ ਉਮਰ ਮੇਰੀ ਜ਼ਿੰਮੇਵਾਰੀ ਅਗਰ ਉਨਮੇ ਕੋਈ ਕਮਾਨੇ ਵਾਲਾ ਨਹੀਂ ਹੈ ਮੇਰੀ ਜ਼ਿੰਮੇਵਾਰੀ ਅਗਰ ਉਨਮੇ ਕੋਈ ਸੈਟਲ ਨਹੀਂ ਹੈ ਮੇਰੀ ਜ਼ਿੰਮੇਵਾਰੀ ਸਰਕਾਰ ਉਸਕੀ ਜ਼ਿੰਮੇਵਾਰੀ ਨਹੀਂ ਲੈਤੀ ਮੇਰੀ ਜ਼ਿੰਮੇਵਾਰੀ ਇਹ ਮੇਰਾ ਵਚਨ ਹੈ। ਇੱਕ ਵਚਨ ਮੈਨੇ ਅੰਮ੍ਰਿਤਸਰ ਸੇ ਆਨੇ ਸੇ ਪਹਿਲੇ ਦਿਆ ਥਾ ਵੋ ਵਚਨ ਥਾ ਕਿ ਜਬ ਤੱਕ ਜ਼ਿੰਦਾ ਰਹੂੰਗਾ
श्री अमृतसर साहब से इलेक्शन लड़ूंगा और इस जगह को कभी छोड़ूंगा नहीं। ये दूसरा मेरा वचन है इस गुरु की नगरी में कि ये मेरे परिवार हैं। ये वो लोग हैं जिन्होंने नवजोत सिंह सिद्धू के परिवार को सम्मान दिया है। सम्मान से ज्यादा हमारे परिवार को कुछ नहीं चाहिए, प्यार चाहिए, विश्वास चाहिए, और ये विश्वास कभी टूटा नहीं।